ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਵਿਰਸਾ ਲਾਈਵ ਟੀਵੀ। ਬੀਤੇ ਕੁਝ ਦਿਨਾਂ ਤੋਂ ਦੇਸ਼ ਦੇ ਅਧਿਕਤਰ ਸ਼ਹਿਰਾਂ ਵਿੱਚ ਹੜ੍ਹ ਵਰਗੇ ਹਾਲਾਤ ਸਾਹਮਣੇ ਆਏ ਹਨ। ਸੜਕਾਂ ਦੇਖਦੇ ਹੀ ਦੇਖਦੇ ਨਹਿਰਾਂ ਬਣ ਗਈਆਂ ਹਨ। ਸਰਕਾਰ ਦਾਅਵਾ ਕਰ ਰਹੀ ਹੈ ਕਿ ਅੱਜ ਤੱਕ ਇਦਾਂ ਦੇ ਹਾਲਾਤ ਕਦੇ ਵੀ ਸਾਹਮਣੇ ਨਹੀਂ ਆਏ, ਪਰ ਜੇਕਰ ਨਜ਼ਰ ਘੁਮਾ ਕੇ ਵੇਖਿਆ ਜਾਏ ਤਾਂ ਸਾਲ 2017 ਵਿੱਚ ਵੀ ਕੁਝ ਅਜਿਹੇ ਹਾਲਾਤ ਸਾਹਮਣੇ ਆਏ ਸਨ। ਤਸਵੀਰਾਂ ਮੋਹਾਲੀ ਦੀਆਂ, ਪਰ ਸਾਲ 2017 ਦੀਆਂ। ਜੀ ਹਾਂ, ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ, ਸਾਲ 2017 ਮੋਹਾਲੀ ਦੀਆਂ ਨੇ, ਜਿੱਥੇ ਸੜਕਾਂ ਨਦੀਆਂ 'ਚ ਤਬਦੀਲ ਹੋ ਗਈਆਂ ਨੇ ਤੇ ਗੱਡੀਆਂ ਕਿਸ਼ਤੀਆਂ ਬੰਦਿਆਂ ਨਜ਼ਰ ਆ ਰਹੀਆਂ ਨੇ। ਤਸਵੀਰਾਂ ਮੋਹਾਲੀ ਦੀਆਂ, ਭਾਰੀ ਬਾਰਿਸ਼ ਤੋਂ ਬਾਅਦ ਹਾਲਾਤ ਇਹ ਬਣ ਗਏ ਕਿ ਲੋਕਾਂ ਨੂੰ ਆਪਣੀ ਗੱਡੀਆਂ ਮੋਟਰਸਾਈਕਲ ਨੂੰ ਬਹਿਣ ਤੋਂ ਰੋਕਣਾ ਪੈ ਰਿਹਾ ਹੈ। ਤੇ ਹੁਣ ਤਸਵੀਰਾਂ ਅੱਜ ਦੇ ਪੰਜਾਬ ਦੀਆਂ, ਜਿੱਥੇ ਦੇ ਹਾਲਾਤ ਸਾਲ 2017 ਤੋਂ ਕੁਝ ਮਿਲਦੇ ਜੁਲਦੇ ਹੀ ਨਜ਼ਰ ਆ ਰਹੇ ਨੇ। ਲੋਕਾਂ ਦੇ ਘਰ ਵੇਖਦੇ ਹੀ ਵੇਖਦੇ ਉੱਜੜ ਗਏ। ਸੜਕਾਂ ਦਾ ਹਾਲ ਇਹ ਕਿ ਮੰਨੋ ਇੱਥੇ ਕਦੇ ਸੜਕਾਂ ਸੀ ਹੀ ਨਹੀਂ। ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਅਜਿਹਾ ਹਰ ਸਾਲ ਨਹੀਂ ਹੁੰਦਾ, ਜਦਕਿ ਹਰ ਸਾਲ ਦੇਸ਼ ਦੇ ਵੱਖ ਵੱਖ ਖੇਤਰਾਂ 'ਚ ਭਾਰੀ ਬਾਰਿਸ਼ ਨਾਲ ਹੋ ਰਹੀ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਦਾ ਹੈ। ਆਪਣੇ ਆਪ ਨੂੰ ਬਚਾਉਣ ਲਈ ਸਰਕਾਰ ਹਰ ਸਾਲ ਇਹਨਾਂ ਹਾਲਾਤਾਂ ਦੀ ਵਜ੍ਹਾ ਬਦਲ ਦਿੰਦੀ ਹੈ। ਇਹਨਾਂ ਹਾਲਾਤਾਂ ਤੋਂ ਰੁੱਝਣਾ ਕਿਹਨੂੰ ਪੈਂਦਾ ਹੈ? ਲੋਕਾਂ ਨੂੰ, ਜਨਤਾ ਨੂੰ? ਇਹਨਾਂ ਹਾਲਾਤਾਂ ਦਾ ਆਖਿਰ ਕੌਣ ਜ਼ਿੰਮੇਵਾਰ ਹੈ, ਸਰਕਾਰ ਜਾਂ ਪ੍ਰਸ਼ਾਸਨ? ਖੈਰ, ਦਿਨ ਭਰ ਦੀਆਂ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਵਿਰਸਾ ਲਾਈਵ ਟੀਵੀ ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।